ਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਸਾਰੇ ਮੇਰਾ ਨਾਮ ਖੁਸ਼ਦੀਪ ਕੌਰ ਔਲਖ ਹੈ ਆਪਾਂ ਫਸਟ ਰਾਊਂਡ ਦੇ ਵਿੱਚ ਮਿਲੇ ਸੀ ਇੰਟਰੋਡਕਸ਼ਨ ਰਾਊਂਡ ਠੀਕ ਹੈ ਸੋ ਅੱਜ ਆਪਣਾ ਸੈਕਿੰਡ ਰਾਊਂਡ ਸਟਾਰਟ ਹੋ ਰਿਹਾ ਜਿਸ ਨੂੰ ਟੈਲੈਂਟ ਰਾਊਂਡ ਆਖਿਆ ਜਾਂਦਾ ਹੈ ਸੋ ਮੇਰੇ ਹਿਸਾਬ ਨਾਲ ਇੱਕ ਪੰਜਾਬੀ ਮੁਟਿਆਰ ਨੂੰ ਹਰ ਇੱਕ ਕੰਮ ਹੀ ਕਰਨਾ ਪੈਂਦਾ ਨਾ ਤੇ ਉਹ ਹਰ ਇੱਕ ਕੰਮ ਦੇ ਵਿੱਚ ਇੱਕ ਪਰਫੈਕਟ ਲੇਡੀ ਹੋਣੀ ਚਾਹੀਦੀ ਆ ਤੇ ਅੱਜ ਆਪਾਂ ਤੁਹਾਨੂੰ ਕੁਝ ਮਲਟੀ ਟੈਲੈਂਟਸ ਵਿਖਾਵਾਂਗੇ ਜੋ ਕਿ ਮੇਰੇ ਹਨ ਠੀਕ ਹੈ ਤੇ ਮੈਂ ਤੁਹਾਨੂੰ ਪਿਛਲੇ ਰਾਊਂਡ 'ਚ ਦੱਸਿਆ ਸੀ ਕਿ ਮੈਨੂੰ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ ਨਾ ਤਾਂ ਚਲੋ ਅੱਜ ਇੱਕ ਆਪਾਂ ਅੱਜ ਦੇ ਮੁੱਦੇ ਤੇ ਇੱਕ ਕਵਿਤਾ ਤੁਹਾਨੂੰ ਸੁਣਾਉਣੀ ਆ ਮੈਂ ਤੇ ਫਿਰ ਸੁਣਿਓ ਇੱਥੇ ਕੁੜੀਆਂ ਵੀ ਬਰਾਬਰ ਕੰਮ ਕਰਦੀਆਂ ਤਾਂਹੀਂ ਉੱਚੀਆਂ ਮੰਜ਼ਲਾਂ ਨੂੰ ਹੱਥ ਪਾ ਲੈਂਦੀਆਂ ਲੋਕੀ ਕਹਿੰਦੇ ਇਹ ਵਿਗੜ ਗਈਆਂ ਕੀ ਹੋਇਆ ਜੇ ਬਾਲ ਬਲੌਂਡ ਕਰਾ ਲੈਂਦੀਆਂ ਆਪਣੇ ਭਾਰ ਤੋਂ ਵੱਧ ਇਹ ਭਾਰ ਚੱਕਦੀਆਂ ਕਈ ਕਹਿੰਦੇ ਇਹਨਾਂ ਨੂੰ ਕਮਜ਼ੋਰ ਹੁੰਦੇ ਸੀ ਅੱਜ ਪੁੱਤ ਬਣ ਖੜੀਆਂ ਮਾਪਿਆਂ ਦੇ ਜਦੋਂ ਕੁੱਖਾਂ 'ਚ ਮਰਦੀਆਂ ਸੀ ਉਹ ਸਮੇਂ ਹੀ ਹੋਰ ਹੁੰਦੇ ਸੀ ਇਹ ਹੱਸ ਕੇ ਬੁਲਾਉਂਦੀਆਂ ਸਭ ਨੂੰ ਦਿਲ ਖੁੱਲ੍ਹੇ ਇਹਨਾਂ ਦੇ ਜਿਵੇਂ ਬੈਕਯਾਰਡ ਆ ਕਈ ਸਟਾਰਬਕਸ ਕਈ ਟਿਮ ਤੇ ਲੱਗੀਆਂ ਤੇ ਕਈ ਲੱਗੀਆਂ ਸਿਕਿਉਰਿਟੀ ਗਾਰਡ ਆ ਨੌਨ ਵੈਜ ਤੋਂ ਕਰਨ ਪਰਹੇਜ਼ ਕਈ ਕੋਈ ਜੁਰਮ ਵੀ ਨਹੀਂ ਜੇ ਕਈ ਖਾਂਦੀਆਂ ਆ ਵੀਕਐਂਡ 'ਚ ਕਲੱਬਾਂ 'ਚ ਨਹੀਂ ਫਿਰਦੀਆਂ ਸੂਟ ਪਾ ਕੇ ਗੁਰੂ ਘਰੇ ਜਾਂਦੀਆਂ ਕੱਲੀਆਂ ਜਾਂਦੀਆਂ ਪੜ੍ਹਨ ਉੱਥੇ ਫਿਰ ਮਾਪੇ ਵੀ ਪਿੱਛੇ ਸਟੈਂਡ ਕਰ ਦਿੰਦੀਆਂ ਸੂਟਾਂ ਨੂੰ ਇਹ ਪਹਿਲ ਦਿੰਦੀਆਂ ਪਹਿਲਾਂ ਤੋਂ ਭਾਵੇਂ ਪਾ ਪਾ ਪੁਰਾਣੇ ਬ੍ਰੈਂਡ ਕਰ ਦਿੰਦੀਆਂ ਦੇਖ ਲੋਕੀ ਸ਼ਦ ਤਾਂ ਸੜਦੇ ਆ ਕਿਉਂਕਿ ਕੁੜੀਆਂ ਹਰ ਪਾਸੇ ਛਾਈ ਜਾਂਦੀਆਂ ਲੋਕਾਂ ਦੇ ਪੁੱਤ ਵੀ ਨਹੀਂ ਇੰਨਾ ਕਮਾਉਂਦੇ ਤੇ ਇਹ ਉਹਨਾਂ ਤੋਂ ਵੀ ਵੱਧ ਕਮਾਈ ਜਾਂਦੀਆਂ ਲੋਕਾਂ ਦੇ ਪੁੱਤ ਵੀ ਨਹੀਂ ਉਹਨਾਂ ਕਮਾਉਂਦੇ ਤੇ ਇਹ ਉਹਨਾਂ ਤੋਂ ਵੀ ਵੱਧ ਕਮਾਈ ਜਾਂਦੀਆਂ ਤਾਂ ਮੈਂ ਤੁਹਾਨੂੰ ਆਪਣਾ ਸੈਕਿੰਡ ਟੈਲੈਂਟ ਵਿਖਾਵਾਂਗੀ ਤੇ ਆਪਾਂ ਸਿੰਗਿੰਗ ਕਰ ਰਹੇ ਹਾਂ ਸੈਕਿੰਡ ਟੈਲੈਂਟ ਦੇ ਵਿੱਚ ਤੇ ਮੈਨੂੰ ਸ਼ੁਰੂ ਤੋਂ ਸਿੰਗਿੰਗ ਦਾ ਵੀ ਬਹੁਤ ਸ਼ੌਂਕ ਹੈ ਤੇ ਆਪਾਂ ਹੁਣ ਇੱਕ ਲੋਕ ਗੀਤ ਗਾਵਾਂਗੇ ਜੋ ਕਿ ਸੁਰਿੰਦਰ ਕੌਰ ਜੀ ਉਹਨਾਂ ਨੇ ਗਾਇਆ ਹੈ ਨਾ ਤੇ ਚਲੋ ਸਟਾਰਟ ਕਰਦੇ ਹਾਂ ਇਹ ਮੈਦਾਨੀਆਂ ਹਾਇਓ ਮੇਰੇ ਡਾਡਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਬਾਬਲ ਤੇਰੇ ਮਹਿਲਾਂ ਵਿੱਚ ਤੇਰੀ ਲਾਡੋ ਪਰਦੇਸਣ ਹੋਈ ਬਾਬਲ ਤੇਰੇ ਮਹਿਲਾਂ ਵਿੱਚ ਤੇਰੀ ਲਾਡੋ ਪਰਦੇਸਣ ਹੋਈ ਸੀਤਾ ਮੇਰੇ ਸਕੇ ਵੀਰਾਂ ਡੋਲਾ ਤੋਰ ਕੇ ਅਗਾਨੋ ਕੀਤਾ ਮੇਰੇ ਸਕੇ ਵੀਰਾਂ ਡੋਲਾ ਤੋਰ ਕੇ ਅਗਾਨੋ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਤੁਸੀਂ ਮੇਰੀ ਲਾਸਟ ਵੀਡੀਓ 'ਤੇ ਬਹੁਤ ਵਧੀਆ ਵਿਊਜ਼ ਦਿੱਤੇ ਬਟ ਇਸ ਵਾਲੀ ਵੀਡੀਓ 'ਤੇ ਹੋਰ ਵੀ ਜ਼ਿਆਦਾ ਦਿਓ ਤਾਂ ਕਿ ਮੈਂ ਧੀ ਪੰਜਾਬੀ ਬਣ ਸਕਾਂ ਹੁਣ ਤੱਕ ਮੈਂ ਤੁਹਾਨੂੰ ਆਪਣੇ 3 ਟੈਲੈਂਟ ਵਿਖਾਏ ਆ ਅਤੇ ਇਹੀ ਇੱਕ ਪੰਜਾਬੀ ਕੁੜੀ ਨੂੰ ਮਲਟੀ ਟੈਲੈਂਟਡ ਤਾਂ ਹੋਣੀ ਵੀ ਚਾਹੀਦੀ ਹੈ ਨਾ ਪੰਜਾਬੀ ਕੁੜੀ ਅਤੇ ਮੇਰੀ ਵੀਡੀਓ 'ਤੇ ਵੱਧ ਤੋਂ ਵੱਧ ਵਿਊਜ਼ ਦਿਓ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਅਤੇ ਮੈਂ ਧੀ ਪੰਜਾਬੀ 2020 ਬਣ ਸਕਾਂ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਲੀਜ਼ ਥੈਂਕ ਯੂ ਐਂਡ ਪਲੀਜ਼ ਗਿਵ ਮੀ ਮੋਰ ਵਿਊਜ਼ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਤੁਸੀਂ ਮੇਰੀ ਲਾਸਟ ਵੀਡੀਓ 'ਤੇ ਬਹੁਤ ਵਧੀਆ ਵਿਊਜ਼ ਦਿੱਤੇ ਬਟ ਇਸ ਵਾਲੀ ਵੀਡੀਓ 'ਤੇ ਹੋਰ ਵੀ ਜ਼ਿਆਦਾ ਦਿਓ ਤਾਂ ਕਿ ਮੈਂ ਧੀ ਪੰਜਾਬੀ ਬਣ ਸਕਾਂ ਹੁਣ ਤੱਕ ਮੈਂ ਤੁਹਾਨੂੰ ਆਪਣੇ 3 ਟੈਲੈਂਟ ਵਿਖਾਏ ਆ ਅਤੇ ਇਹੀ ਇੱਕ ਪੰਜਾਬੀ ਕੁੜੀ ਨੂੰ ਮਲਟੀ ਟੈਲੈਂਟਡ ਤਾਂ ਹੋਣੀ ਵੀ ਚਾਹੀਦੀ ਹੈ ਨਾ ਪੰਜਾਬੀ ਕੁੜੀ ਅਤੇ ਮੇਰੀ ਵੀਡੀਓ 'ਤੇ ਵੱਧ ਤੋਂ ਵੱਧ ਵਿਊਜ਼ ਦਿਓ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਅਤੇ ਮੈਂ ਧੀ ਪੰਜਾਬੀ 2020 ਬਣ ਸਕਾਂ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਲੀਜ਼ ਥੈਂਕ ਯੂ ਐਂਡ ਪਲੀਜ਼ ਗਿਵ ਮੀ ਮੋਰ ਵਿਊਜ਼ ਥੈਂਕ ਯੂ ਜੀ